ਜਾ ਖੇੜਾ ਤੇ ਮੇਰੇ ਯੂਪੀ ਸ਼ਾਸਤਰੀ ਦਾ ਮੈਚ ਆ। ਮੋਰਨਿੰਗ ਬਾਈ ਜੀ, ਮੋਰਨਿੰਗ। ਔਰ ਇਧਰਲੇ ਪਾਸੇ ਨਾ ਤਕੜਾ ਵੀ ਲਾਸਟ ਕੁਆਟਰ ਆ ਬਾਈ ਜੀ, ਬਹੁਤ ਤਗੜਾ ਮੈਚ ਲੱਗਣਾ ਬਾਈ ਜੀ। ਸ਼ੇਅਰ ਕਰ ਦੋ, ਸ਼ੇਅਰ ਕਰ ਦੋ। ਟੂਰਨਾਮੈਂਟ ਦੇ ਬਹੁਤ ਤਗੜੀਆਂ ਤਗੜੀਆਂ ਟੀਮਾਂ ਆ ਕੇ ਦੇ ਕੁਆਟਰ ਵਿੱਚ ਟੀਮਾਂ ਬਣਾਈ ਆ। ਸਾਰੀ ਅਗਰ ਦੀ ਟੀਮ ਟੀਮੇ ਹੋਣੀ ਸਾਡੇ ਬਾਈ ਜੀ 80 ਟੀਮਾਂ ਸੀ ਟੋਟਲ। ਔਰ ਮੈਨੂੰ ਲੱਗਦਾ ਵੀ 15 ਹੋ ਗਿਆ ਵੀ ਪ੍ਰਦੀਪ 15 ਨੰਬਰ ਆ ਮੇਰੇ ਮਿੱਤਰੋ ਕਮਾਲ ਖੇਡਦੀ ਟੀਮ ਦੇ। ਔਰ ਸਾਹਮਣੇ ਇਧਰਲੇ ਪਾਸੇ ਕਮਾਲ ਹੋਈ ਪਈ ਹੈ ਤੇ ਨੰਬਰ ਇੱਕ ਹੋਰ ਜਿਹੜਾ ਬਹੁਤ ਤਕੜਾ ਮੈਚ ਆ ਬਾਈ ਜੀ। ਸ਼ੇਅਰ ਕਰ ਦੋ, ਸ਼ੇਅਰ ਕਰ ਦੋ। 15 ਨੰਬਰ ਆ ਕਮਾਲ ਖੇਡਦੀ ਟੀਮ ਦੇ। ਔਰ 9 ਪੁਆਇੰਟ ਜਿਹੜੇ ਤਿਲ ਪਈ ਦੇ ਖੇਲ ਕੈਨੇਡਾ ਕਲੱਬ ਉਧਰ ਪੁਆਇੰਟ ਦਾ ਰੋਣਾ ਪੈ ਗਿਆ ਤੇ ਪਿੰਡਾਂ ਦਾ ਜੀ ਲੱਗਣੋਂ ਹਟ ਗਿਆ ਵੀ ਬਣ ਕੀ ਗਿਆ ਗਰਾਊਂਡ ਦੇ ਵਿੱਚ 15-9। ਇੱਥੇ ਕੋਈ ਨੀ ਤੇਰਾ ਕੌਣ ਜੋੜੂਗਾ ਇਹਦੇ ਟਾਈਮ ਨੇ ਦੱਸਣਾ। ਸ਼ੇਰੂ ਦਾ ਮੈਚ ਜੀ ਹੈ ਜੀ, ਯੂਪੀ ਸ਼ਾਸਤਰੀ ਜੀ ਖੇਡੀ ਜਾਂਦਾ। ਸ਼ੇਰੂ ਜੀ ਪਰਲੀ ਸਾਈਡ, ਸ਼ੇਰੂ ਆ ਵੀਰੇ, ਅੰਕਲ ਜੀ ਪਰਲੀ ਸਾਈਡ ਸ਼ੇਰੂ। ਪਰਲੀ ਸਾਈਡ ਪਰਲੀ ਯੂਪੀ ਸ਼ਾਸਤਰੀ ਜੀ ਹੈ ਜੀ। ਸ਼ੇਰੂ ਖੇਡੀ ਜਾਂਦਾ ਇਸੇ ਮੈਚ ਜੀ ਆ। ਸ਼ੇਰੂ ਦਾ ਮੈਚ ਚੱਲੀ ਜਾਂਦਾ ਜੀ। ਮੇਰੇ ਹਿਸਾਬ ਨਾਲ ਇੱਕ ਦੋ ਸਕੋਰ ਆ, ਬਾਕੀ ਪੁੱਛਦੇ ਆ ਬਾਈ। ਇੱਕ ਰਸਾਲੀਆ ਕਿਹੜਾ ਸ਼ਾਸਤਰੀ ਦੇ ਉੱਧਰ ਦੋ ਆ ਮੇਰੇ ਹਿਸਾਬ ਵੀਰੇ। ਸਕੋਰ ਵੀਰੇ, ਸਕੋਰ ਇੰਦਰੀ ਕਹਿੰਦੇ ਇੰਦਰੀ। ਇੱਕ ਦੋ ਸਕੋਰ ਆ, ਇੱਕ ਦੋ ਜੀ। ਇੱਕ ਰਸਾਲੀਆ ਕਿਹੜਾ ਦੋ ਸ਼ਾਸਤਰੀ ਦੇ, ਸ਼ੇਰੂ ਦੇ ਦੋ, ਕੋਚ ਦਾ ਇੱਕ। ਰਵੀ ਨਹੀਂ ਸੀ ਆਇਆ ਵੀਰੇ, ਰਵੀ ਨਹੀਂ ਸੀ ਆਇਆ ਜੀ। ਰੈਸਰ ਦਾ ਚੱਲੀ ਜਾਂਦਾ ਬਾਰੇ ਕਹਿਣਾ ਬਾਈ। ਗੁਰਾਂ ਦੇ ਲਾਲ ਮੁੰਨੇ ਨੂੰ ਉਠਾ ਲਿਆ ਕਿੱਥੇ ਆ? ਫਿਰ ਵਿੱਚ ਬੈਠਾ ਕਰਦਾ ਜੀ ਦੋ ਦੋ ਆਲ ਹੋ ਗਏ ਜੀ। ਟੀਮਾਂ ਹੀ ਵਾਹਵਾ ਹੋ ਗਈਆਂ ਵੀਰੇ, ਟੀਮਾਂ ਹੋ ਗਈਆਂ ਸੀ 80। ਸਿਕੰਦਰ ਸੋਹੀ ਆਸਟ੍ਰੇਲੀਆ ਵੈਲਕਮ ਜੀ, ਸ਼ੇਅਰ ਕਰੋ ਬਈ। ਦੋ ਬਰਾਬਰ ਸਕੋਰ। ਬਹੁਤ ਚੰਗੇ ਮੈਚ ਲੱਗਣਾ ਬਾਈ ਜਿਵੇਂ ਬਈ ਕੈਨੇਡਾ ਹਰ ਗਈ। ਸੁਖਦੀਪ ਨਹੀਂ ਖੇਡਿਆ ਅੱਜ ਸਹੀ, ਇੰਨੀਆਂ ਗਲਤ ਮਕਰ ਗਿਆ, ਬਹੁਤ ਗਲਤੀਆਂ ਕਰ ਗਿਆ। ਆ ਬਾਈ ਨੂੰ ਪੁੱਛ ਲਾ, ਬਹੁਤ ਨਜਾਇਜ਼ ਗਲਤੀ ਕਰ ਗਿਆ, ਬਹੁਤ ਗਲਤੀਆਂ ਕਰ ਗਿਆ। ਪਰ ਫੇਰ ਤਾਂ ਚੱਲੇ ਦੀ ਹਣਾ ਕੁਛ ਵੀ ਹੋ ਸਕਦਾ। ਅੱਜ ਤਾਂ ਨਜਾਇਜ਼ ਹੀ ਕਰ ਗਿਆ ਨਾ, ਅੱਜ ਤਾਂ ਨਿੱਕੀਆਂ ਨਿੱਕੇ ਪੁਆਇੰਟ ਹੀ ਤੋੜ ਦੇ ਗਏ ਸਰ, ਸਿੰਪਲ ਹੀ। ਲਿਆਓ ਟੋਫੀ ਲਿਆਓ, ਆਏ ਆਏ ਚੱਲ ਪਿਆ ਵੀਰੇ।
ਚਣਿਆਲ ਹਰ ਗਈ ਵੀਰੇ ਅੰਕਿਤ ਪਸੇੜੀ ਨੂੰ ਇੰਦਰੀ ਨੂੰ ਮਰ ਗਈ ਚਣਿਆਲ ਦੀ ਟੀਮ ਕੁਆਟਰ ਮੈਚ ਮੈਚ ਵੀ ਲੰਮਾ ਹੀ ਜਾਊਗਾ ਨਾ ਇੱਧਰ ਮੈਚ ਜਿਹੜੇ ਬਹੁਤ ਸੋਹਣੇ ਖੇਡੇ ਜਾ ਰਹੇ ਆ ਖੇਡ ਦੇ ਗਰਾਊਂਡ ਦੇ ਅੰਦਰ ਲੱਕੀ ਮੁੰਡੇ ਕੱਲ੍ਹ ਦੇ ਲੱਗੇ ਆ ਜਦੋਂ ਮੇਲੇ ਦੀ ਸ਼ੁਰੂਆਤ ਹੋਈ ਸੀ ਤੇ ਲੋਕਾਂ ਨੂੰ ਪਹਿਲੇ ਹੀ ਪਤਾ ਲੱਗ ਗਿਆ ਸੀ ਵੀ ਹੱਲਾ ਗੁੱਲਾ ਹੋਵੇਗਾ ਜ਼ਰੂਰ ਖੇਡਦੇ ਮੈਦਾਨ ਦੇ ਵਿੱਚ ਇਹਦੇ ਤੋਂ ਮੈਂ ਵੇਖਦਾ ਵੀ ਮੁੰਡੇ ਗੁਰੂ ਵਾਲੀ ਪਿੰਡ ਦੇ ਵੀ ਬੱਲੇ ਬੱਲੇ ਕਰਾਈ ਹੁੰਦੇ ਆ ਨਾਲ ਮਾਣ ਜਿਹੜਾ ਪਿੰਡ ਦਾ ਲੱਭੇ ਆ ਗਿਆ ਮੈਂ ਇਹ ਚੜ੍ਹਾਈ ਵੱਡੀ ਆ ਮੇਰੇ ਵੀਰੇ ਫੌਜੀ ਵਰਗੇ ਭਰਾ ਨੇ ਸਾਡੀ ਜ਼ਿੰਦਗੀ ਦੇ ਪਿਆਰੇ ਮਿੱਤਰ ਆਸ਼ ਵਰਗੇ ਨਵੀ ਵਰਗੇ ਸੋਹਣਾ ਪ੍ਰਦਰਸ਼ਨ ਕਰਦੇ ਆ ਪੰਜਾਬ ਹਰਿਆਣੇ ਦੇ ਵੱਡੇ ਮੇਲਿਆਂ ਦੇ ਉੱਤੇ ਅੱਜ ਮੈਂ ਦੇਖਦਾ ਵੀ ਲਾਸਟ ਕੁਆਟਰ ਖੇਡ ਰਹੇ ਆ ਤੇ ਗਰਾਊਂਡ ਨੰਬਰ 2 ਦੇ ਵਿੱਚ ਵੀ ਇੱਕ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਭੂਰਾ ਆਇਆ ਹੋਇਆ ਔਰ ਯੂਪੀ ਦੀ ਟੀਮ ਨਾਲ ਇਹ ਦੁਨੀਆ ਬੜਾ ਪਿਆਰ ਕਰਦੀ ਆ ਮੁੰਡੇ ਨੂੰ ਤੁਸੀਂ ਵਿਧਾਲ ਦੇ ਵੱਡੇ ਮੇਲੇ ਦਾ ਮੁੰਡਾ ਮੋਟਰਸਾਈਕਲ ਦਾ ਜੇਤੂ ਆ ਔਰ ਨਾਲ ਮੈਂ ਦੇਖਦਾ ਵੀ ਸ਼ੋਰੀ ਦਾ ਢਾਬਾ ਪਿੰਡ ਹੈ ਔਰ ਨਾਲ ਸਸਤੀ ਜੀ ਇੱਕ ਵੱਡੇ ਬਲ ਹੈ ਸਾਡੀ ਖੇਡ ਵਾਲੀਬਾਲ ਦੇ ਚੱਕਰ ਆਈ ਜਾਂਦੇ ਖੜੇ ਯਾਰ ਕੁਰਸੀ 'ਤੇ ਬਹਿ ਕੇ ਫਿਰ ਜਮਾਂ ਨੀਂਦ ਆਉਂਦੀ ਹੈ ਯਾਰ ਅੱਗੇ ਨਹੀਂ ਹੋਇਆ ਪਹਿਲੀ ਵਾਰੀ ਹੋਇਆ ਇੰਨਾ ਬੁਰਾ ਯਾਰ ਗਰਾਊਂਡ ਨੰਬਰ 4 ਦੇ ਵਿੱਚ ਵੀ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਨਾਰੀ ਕੇ ਪਿੰਡ ਦਾ ਮੇਰੇ ਵੀਰ ਧਰਤੀ ਮਾਂ ਤੇਰੀ ਗੋਦ ਨੂੰ ਵੀ ਹੋਰ ਬਥੇਰੇ ਮਗਦਾਰੀ ਦੇ ਸੂਰਜਾ ਕਮੀਆਂ ਦੇ ਵੇੜੇ ਬਾਕੀ ਗੱਲਾਂ ਬਾਤਾਂ ਚੱਲੀਆਂ ਔਰ ਮੁੰਡਿਆਂ ਨੇ ਬਹੁਤ ਵੱਡੀ ਮਿਹਨਤ ਕੀਤੀ ਹੈ ਜੱਸੇ ਨੇ ਵੀ ਸਾਜਣਾ ਦੇ ਵਿੱਚ ਇੱਕ ਮੋਟਰਸਾਈਕਲ ਜਿੱਤਿਆ ਵਾਲੀਬਾਲ ਦੀ ਦੁਨੀਆ ਦਾ ਦੂਜੇ ਮੋਟਰਸਾਈਕਲ ਦਾ ਜੇਤੂ ਬਣਿਆ ਟਾਇਰ ਹੈ ਔਰ ਗੱਲਾਂ ਬਾਤਾਂ ਹੋ ਰਹੀਆਂ ਖੜੀਆਂ ਨੇ ਲਾਵਾ ਸਾਹਿਬ ਦਾ ਬਈ ਆਦੇ ਲਈ ਖੇਡਿਆ ਔਰ ਚਰਚਾ ਕਰਵਾਈ ਹੈ ਔਰ ਜਾਗੇ ਦੇ ਫੇਰੇ ਦੇ ਲਈ ਵੀ ਮੁੰਡਾ ਖੇਡ ਰਿਹਾ ਹੈ ਸਮੇਂ ਸਮੇਂ ਦੀ ਗੱਲਾਂ ਟਾਇਰ ਹੈ ਔਰ ਅੱਜ ਕੱਲ੍ਹ ਮੁੰਡਾ ਪਿੰਡ ਦੇ ਵਿੱਚ ਬੱਲੇ ਬੱਲੇ ਕਰਾਉਂਦਾ ਬਾਰੀ ਕੇ ਪਿੰਡ ਉੱਧਰ ਮੈਂ ਦੇਖਦਾ ਵੀ ਰਕੇਸ਼ਵਰ ਦੇ ਸਾਡੇ ਵੀਰ ਜੀ ਔਰ ਚੜ੍ਹਾਈ ਮੁੰਡਿਆਂ ਦੀ ਆਪਣੀ ਹੈ ਔਰ ਇਹਦਾ ਹੱਲਾ ਗੁੱਲਾ ਮੈਂ ਦੇਖਦਾ ਵੀ ਗਰਾਊਂਡ ਦੇ ਵਿੱਚ ਗਰਾਊਂਡ ਨੰਬਰ 1 ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਹੈ ਮੈਚ ਚੋਟੀ ਦਾ ਵੀ ਪੱਜ ਦੇ ਸ੍ਰੀ ਲਲਕਾਰੇ ਹੋ ਗਿਆ ਕੀ ਮਿੱਤਰਾ ਔਰ ਪੁੱਛ ਦੋ ਸੀ ਸਾਰੇ ਹੋ ਗਿਆ ਕੀ ਮਿੱਤਰਾ ਇਹਦੇ ਮੁੰਡੇ ਟੈਣਾ ਮੈਂ ਵੀ ਜੱਕੀ ਫਿਰਦੇ ਆ ਪਾਪੀ ਮਾਰੀ ਹੁੰਦੇ ਕੱਲ੍ਹ ਦੇ ਲੱਗਿਆ ਹੈ ਔਰ ਬੱਲੇ ਬੱਲੇ ਕਰਾਈ ਹੁੰਦੇ ਆ ਇਹਦੇ ਭਾਈ ਗਰਾਊਂਡ ਨੰਬਰ ਯਾਰ 4 ਦੇ ਸਕੋਰ ਦੱਸੀ ਭਾਈ ਕਿੰਨੇ ਆ ਗਿੱਲ ਸਾਹਿਬ ਸਕੋਰ ਦੱਸਿਓ ਗਰਾਊਂਡ ਨੰਬਰ 4 ਦੇ ਇੱਧਰ ਸਟੇਜ ਵੱਲ ਹੱਥ ਖੜੇ ਕਰਦੇ ਕੋਈ ਨਾ ਕੁਆਟਰ ਮੈਚ ਚੱਲੀ ਜਾਂਦਾ ਕੁਆਟਰ ਵੀਰੇ ਯਾਰ ਤਿੰਨ ਚੱਲੀ ਜਾਂਦੇ ਆ ਟੂਰਨਾਮੈਂਟ ਵੀਰਾਗੜੀ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਦੇ ਮੈਦਾਨ ਦੇ ਅੰਦਰ ਜੋ ਮੈਚਾਂ ਭੁਗਣੀਆਂ ਨੇ ਜੋ ਬਾਪੂ ਨੇ ਸਿਰ ਤੇ ਕਰੀਆਂ ਉਹਦੇ ਵਿੱਚ ਕੋਈ ਸ਼ੱਕ ਨਹੀਂ ਮੈਚ 6 ਦਾ ਖੇਡਿਆ ਜਾ ਰਿਹਾ ਹੈ ਖੇਡ ਦੇ ਗਰਾਊਂਡ ਦੇ ਅੰਦਰ ਵੀ ਅੜੀ ਝੜੀ ਪੈਂਦੇ ਜਦੋਂ ਪੇਕੇ ਸੋਹਣਿਆ ਦੂਰ ਹੋਣੇ ਦਿਲਾਂ ਦੇ ਭੁਲੇਖੇ ਸੋਹਣਿਆ ਅਗਲਾ ਰੀ ਕੀ ਅੜੀ ਕੱਟੀ ਮੋੜਦਾ ਰਾਜੇ ਖੇਲੇ ਦਬਕਾ ਬਣਾ ਕੇ ਪੁੱਲਦਾ ਬਾਜ ਦਾ ਫਰਾਕਾ ਜਿਵੇਂ ਆਹ ਨੀਲੇ ਖੋੜਦਾ
ਬਰੂਆ ਦਾ ਮੈਚ ਚੱਲੀ ਜਾਂਦਾ ਵੀਰੇ, ਉੱਥੇ ਲਾਈਵ ਹੀ ਹੈ ਨੀ ਕੋਈ ਵੀਰੇ, 15-15 ਬਰਾਬਰ ਆ ਵੀਰੇ। ਬਾਈ ਜੀ ਸੋਰੀ, ਉੱਥੇ ਢਿੱਲੋ ਬੈਠਾ ਸੀ ਬਾਈ ਜੀ, ਢਿੱਲੋ ਉੱਠ ਕੇ ਆ ਗਿਆ ਉੱਥੋਂ। ਖੇਡ ਦੇ ਮੈਦਾਨ ਦੇ ਵਿੱਚ ਆ ਜੱਟਾਂ ਨੇ ਪੂਰੇ ਸ਼ੌਕ ਭਗਾਏ ਆ, ਚਰਚਾ ਕਰਵਾਈ ਆ। ਨੰਬਰ 16 ਜਾ ਜੁੜਿਆ ਖੇਡ ਦੇ ਗਰਾਊਂਡ ਦੇ ਵਿੱਚ। ਹੋਰ ਨੰਬਰ ਲਾਸਟ ਆ ਜੀ, ਦੱਸੋ ਜੀ ਨੰਬਰ ਲਾਸਟ ਆ ਵੀਰੇ। ਓਕੇ ਜੀ, ਨੰਬਰ ਜਿਹੜਾ ਲਾਸਟ ਖੇਡ ਦੇ ਮੈਦਾਨ ਦੇ ਵਿੱਚ ਕਿੰਨੇ ਹੋ ਗਏ ਬਾਈ? ਬਾਈ ਜੀ ਬਰੂ ਵਾਲੀ ਦਾ ਲਾਸਟ ਪੁਆਇੰਟ ਆ ਵੀਰੇ। ਬਹੁਤ ਬੜਾ ਧੰਨਵਾਦ ਆ ਸਾਡੇ ਵੀਰ ਦਾ ਖੇਡ ਦੇ ਗਰਾਊਂਡ ਦੇ ਉੱਤੇ। ਆ ਮੈਚ ਦੇ ਦੇਖ ਜੱਟਾ ਆਓ ਵੇਖਣ ਮੇਰੇ ਬਾਰੇ ਕਹਿੰਦਾ ਮੈਚ ਵਾਲੀਬਾਲ ਸ਼ੂਟਿੰਗ ਹਰਿਆਣੇ ਦੇ ਚੱਲੀ ਜਾਂਦਾ, ਵਾਲੀਬਾਲ ਸ਼ੂਟਿੰਗ ਹਰਿਆਣੇ ਦੇ। ਆਓ ਦੇਖ ਜੱਟਾ ਮੈਚ ਤੇ ਪੂਰਾ ਵੇਖਣ ਵਾਲਾ ਹੋ ਗਿਆ ਨਜ਼ਾਰਾ। ਆਰ ਇਧਰ ਸੱਟਾਂ ਜਿਹੜੀਆਂ ਚੇਂਜ ਹੋ ਚੱਲੀਆਂ। ਆ ਨੰਬਰ ਦੇਖ, ਆਓ ਬੱਲੇ ਬੱਲੇ ਮੁੰਡੇ ਕਰਾਈ ਹੁੰਦੇ ਆ। ਮਾਨ ਖਿੜਾ ਪੇਂਡਾ ਆਸਿਆ ਘਰ ਕੋਈ ਪੜਾਈ ਨਾ ਹੋ ਨਾ, ਆਓ ਮੁੰਡੇ ਫੇਰੇ ਫਿਰਦੇ ਆ। ਕੱਲ ਦੇ ਲੱਗਿਆ ਖੇਡ ਆਓ ਸਵਾਦ ਖੇਡ ਦੇ ਗਰਾਊਂਡ ਦੇ ਅੰਦਰ। ਮੈਚ ਚੋਟੀ ਦਾ ਵੇਖ ਰਹੇ ਹੋ ਤੇਰਾਂ ਦਸ ਅਸ਼ੋਕ ਬਾਈ ਤੇਰੇ ਤੋਂ ਵੱਡੀਆਂ ਆਸਾਂ ਨੇ ਤੇ ਕਹਿ ਮੁੰਡਿਆਂ ਨੂੰ ਵੀ ਆਪਾਂ ਪੱਲੇ ਗਰਾਊਂਡ ਦੇ ਅੰਦਰ
ਰੱਖਿਆ ਗਿਆ ਚੱਲਦੇ ਹੋਏ ਮੈਚ ਦਾ। ਮੈਚ ਜਿਹੜੇ ਦੁਨੀਆ ਆਨੰਦ ਮਾਣ ਰਹੀ ਆ, ਪਿੰਡ ਵਾਲੇ ਮੁੰਡਿਆਂ ਨੂੰ ਪੂਰੀਆਂ ਆਸਾਂ ਉਮੀਦਾਂ ਨੇ ਵੀ ਪਿੰਡ ਵਾਲੇ ਮੁੰਡੇ ਆਹ ਪੱਲੇ ਪੱਲੇ ਗਾਉਣਗੇ। ਵਾਹ ਵੇ ਭਾਈਆਂ ਨਾਲ ਆਹ ਪੱਲੇ ਪੱਲੇ ਘਿਰਾ ਦਿੱਤੀ ਆ ਗਰਾਊਂਡ ਦੇ ਅੰਦਰ। ਸਕੋਰ ਪੁੱਛੀ ਸਰਦਾਰ ਜੀ, ਸਕੋਰ ਪੁੱਛੀ। ਉਧਰ ਨੰਬਰ ਜਿਹੜਾ ਪਿੰਡ ਵਾਲੇ ਮੁੰਡਿਆਂ ਦਾ ਲਾਸਟ ਉੱਪਰ ਓ ਪੱਲੇ ਪੱਲੇ ਓ ਪੱਲੇ 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 ਓ ਪੱਲੇ 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 ਆਹ ਸਵਾਦ ਹੈ, ਆਹ ਵਾਲੀਬਾਲ ਦਾ ਸਵਾਦ ਹੈ। ਵਾਲੀਬਾਲ ਜਿੰਦਾਬਾਦ ਹੈ, ਜਿੰਦਾਬਾਦ ਸੀ ਉਹ ਜਿੰਦਾਬਾਦ ਰਹੇਗੀ। ਉਹਦੇ ਮੈਦਾਨ ਦੇ ਵਿੱਚ ਉਹ ਬਾਈ ਵਾਲੇ ਪਿੰਡ ਵਾਲੇ ਮੁੰਡੇ ਦਾ ਪ੍ਰਦਰਸ਼ਨ ਚੰਗਾ ਤਾੜੀ ਤੇ ਮਾਰੋ ਯਾਰ, ਇੱਕ ਵਾਰੀ ਵੀਰਾਂ ਦੇ ਨਾਂ ਦੇ ਹੌਸਲਾ ਬਜਾਈ ਤੇ ਕਰੋ ਮੁੰਡਿਆਂ ਦੀ। ਖੇਡ ਦੇ ਗਰਾਊਂਡ ਦੇ ਵਿੱਚ ਇਹਨਾਂ ਨੂੰ ਕਹੋ ਵੀ ਮਸਲਾ ਹੁਣ ਖੇਤਾਂ ਦੀ ਹਿੰਡਾ ਬਣ ਗਿਆ। ਆ ਪੱਲੇ ਪੱਲੇ ਔਰ ਸਵਾਦ ਖੇਡ ਦੇ ਗਰਾਊਂਡ ਦੇ ਵਿੱਚ ਉਹ ਪੱਲੇ 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 ਉਹ ਪੱਲੇ 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 ਇਧਰ ਲੱਭੇ ਹੋਣੀ ਆ। ਆ ਮੁੰਡੇ ਧਾਤਾ ਕਰਵਾਏ ਹੋਏ ਆ। ਮੇਰੇ ਬਰੂ ਵਾਲੇ ਦੀ ਟੀਮ ਸੈਮੀ ਚ ਪਹੁੰਚ ਗਈ। ਦੋਤੀ ਆ ਗਿਆ, ਦੁੱਧ ਲੈ ਕੇ ਚਾਹ ਦਾ ਬਣਾਓ। ਰਾਜਪ੍ਰੀਤ ਬਾਈ ਜਦੋਂ ਫਾਈਨਲ ਦੇ ਸੈਂਟਰ ਦੇ ਵਿੱਚ ਆਇਆ ਤੇ ਫੇਰ ਜਾ ਕੇ ਕਿਤੇ ਗੱਲਾਂ ਬਾਤਾਂ ਬਣੀਆਂ। ਹੁਣ ਤੇ ਧਿਆਨ ਆ ਗਿਆ ਆਪਾਂ ਕਹਿੰਦੇ ਵੀ ਖੇਡ ਦੀ ਖੁਸ਼ੀ ਦੇ ਵਾਲਾ ਹੈ, ਪਰ ਮੈਂ ਦੂਸਰੇ ਦੇ ਖੇਡੇ ਜਾ ਰਹੇ ਆ ਖੇਡ ਦੇ ਗਰਾਊਂਡ ਦੇ ਵਿੱਚ। ਬਾਕੀ ਸਵਾਲ ਆਇਆ ਹੁਣ ਸੰਗੀ ਦੀਆਂ ਟਰਾਈਆਂ ਸਾਡਾ ਵੀਰ ਭਾਵੇਗਾ ਔਰ ਗੱਲਾਂ ਬਾਤਾਂ ਲੱਗਣੀਆਂ ਪਛਾਣੇ ਚਲੋ ਜਿੱਤ ਹਾਰ ਹਿੱਸਾ ਖੇਡ ਦੇ ਗਰਾਊਂਡ ਦੇ ਵਿੱਚ। ਬਹੁਤ ਵੱਡਾ ਧੰਨਵਾਦ ਹੈ। ਇੱਧਰ ਦੇਖ ਆਓ ਸਾਹਮਣੇ ਆਓ ਪੱਲੇ ਪੱਲੇ ਗਰਾਊਂਡ ਨੰਬਰ 2 ਦੀ ਚਰਚਾ ਔਰ ਗਰਾਊਂਡ ਨੰਬਰ 3-4 ਦੇ ਵਿੱਚ ਵੀ ਪੱਲੇ ਪੱਲੇ ਕਰਾਈ ਪਈ ਹੈ ਭਾਈਆਂ ਦੀ। ਮੈਂ ਤਾਂ ਉਹ ਵੀ ਸੋਹਣੇ ਖੇਡ ਆ ਰਹੇ ਆ, ਇਹਦੇ ਵੀ ਨੰਬਰ ਦੇ ਲਏ ਆ। ਕੋਫੀ ਮੰਗਾਉਣਾ ਜਿਹੜੀਆਂ ਟੀਮਾਂ ਨੇ ਟਰਾਈਆਂ ਦੇਖ ਰਹੀਆਂ ਤੇ ਉਹ ਚਾਂਦੀ ਦੇ ਬ੍ਰਿੰਦ ਦੇ ਪੇਜ ਕੋਲੇ ਆ ਜਾ ਮੇਰੀ ਬੇਨਤੀ ਆ ਲਾਈਵ ਲਾਈਵ ਕੋਲੇ ਆ ਜਾ ਵੀਰ ਸਾਡੇ ਜਿਹੜੇ ਸੈਂਟੀ ਦੇ ਟਰਾਈਆਂ ਦੇਖ ਰਹੇ ਨੇ ਦੇਖਿਆ ਨਾ ਯਾਰ ਦੀ ਵੀ ਖੇਡ ਕੇ ਹਟੇ ਆ ਨਾ। ਹਾਂ ਉਧਰ ਆ ਗਏ ਉਹਨਾਂ ਸੋਨੂੰ ਭਰਾਵਾ ਚਾਹ ਜੂ ਮੰਗਾਲ ਆ ਇੱਕ ਪੈਣਾ ਨਹੀਂ ਰਵੀ ਓਏ ਸੈਮੀ ਦੀਆਂ ਪਰਚੀਆਂ ਸੈਮੀ ਦੀਆਂ ਟਾਈਆਂ ਜੀ ਸੱਪ ਨਿਕਲ ਗਏ ਫਿਰ ਸੈਮੀ ਚ ਚਾਰ ਦੀ ਜੇਤੂ ਹਾਰੇਗਾ ਦੇ ਰੈਸਰ ਦੀ ਜੇਤੂ ਇਹ ਪੈ ਗਿਆ ਪਟਾਕੇ ਪੂਰੇ ਦੋਨੋਂ ਸੈਮੀਫਾਈਨਲ ਮੈਚ
ਜਿਹੜੀ ਇਹਨਾਂ ਦੀ ਟੀਮ ਜਿੱਤੂ ਨੇ ਖੇਡਣਾ ਬਰੂਵਾਲੀ ਸਰਸਾ ਦੇ ਨਾਲ ਜੀ, ਜਿਹੜਾ ਰੈਸਰ ਦੇ ਬਾਰੇ ਕਹਿੰਦੇ ਜਿੱਤੂ ਨੇ ਖੇਡਣਾ ਇੰਦਰੀ ਨਾਲ ਹਰਿਆਣੇ ਅੰਕਲ ਬਖਰੇ ਮਾਰਦਾ ਗਰੀਬਾਂ ਨੂੰ ਵੀਰੇ ਬਰੂਵਾਲਾ ਇਹਨਾਂ ਦੀ ਜਿੱਤ 2 ਦੀ ਜੇਤੂ ਅਤੇ 4 ਦੀ ਜੇਤੂ ਕਿਹਦੇ ਨਾਲ ਇੰਦਰੀ ਨਾਲ ਸਾਰੇ ਭਰਾ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੇ ਅਸ਼ੋਕ ਬਰੂਵਾਲੀ ਪਿੰਡ ਦਾ ਭਰਾ ਬਣ ਕੇ ਮੇਰੀ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਪਹੁੰਚੇ ਛੇ ਤੇ ਪਹੁੰਚੇ ਵੀਰ ਸਾਡਾ ਤਲਵੰਡੀ ਵਾਲਾ ਦਿਲਸ਼ਾਦ ਸੁਨੱਖਾ ਮੁੰਡਾ ਯਾਦ ਕਰਦਾ ਹੈ ਸਾਡੇ ਵੀਰ ਨੂੰ ਇਹ ਭਰਾ ਬਣ ਕੇ ਬਾਈ ਜ਼ਰੂਰ ਸਮਾਰ ਕਰ ਲਵੇ ਇੰਦਰੀ ਜੀ ਤੇ ਇਹਨਾਂ ਮੁਕਾਬਲਾ ਜਿਹੜਾ ਜਿਹੜੀ ਟੀਮ ਗਰਾਊਂਡ ਨੰਬਰ 4 ਦੇ ਵਿੱਚ ਜਿੱਤੇਗੀ ਉਹਦੇ ਨਾਲ ਹੋਵੇਗਾ ਵੀਰੇ ਚੈਨੇ ਵਾਲਾ ਹਰਗੀ ਵੀਰੇ ਚੈਨੇ ਵਾਲਾ ਹਰਗੀ ਸੀ ਇੰਦਰੀ ਨੂੰ ਵੀਰੇ ਚੈਨ ਵਾਲਾ ਇੰਦਰੀ ਨੂੰ ਹਰਗੀ ਸੀ ਵੀਰੇ ਬਾਕੀ ਯਾਰ ਕਹਿਣਾ ਵੀਰ ਸਾਡੀ ਜ਼ਿੰਦਗੀ ਦਾ ਪਿਆਰਾ ਵੀਰਾ ਘੱਟਿਆਂ ਵਾਲੀ ਪਿੰਡ ਆ ਮੁੰਡੇ ਦਾ ਜਿਹੜੇ ਪਿੰਡ ਦੀ ਕਹਿੰਦੇ ਜਿਹੜੀ ਆਪਣੀ ਟੀਮ ਬੜੀ ਚੰਗੀ ਆ ਮੁੰਡੇ ਖੇਡਦੇ ਚੈਨ ਵਾਲਾ ਹਰਗੀ ਵੀਰੇ ਚੈਨ ਵਾਲਾ ਹਰਗੀ ਵੀਰੇ ਚੈਨ ਵਾਲਾ ਹਰਗੀ ਬਾਈ ਗਲਤੀ ਕਰ ਦਿੰਦੇ ਆ ਗਰਾਊਂਡ ਦੇ ਅੰਦਰ ਪੁਆਇੰਟ ਕੀ ਹੋ ਗਿਆ ਸਾਡੀ ਜੀ ਕੀ ਸੋਰਾ 12 ਤੇ 5 5 ਜੀ 12 ਤੇ 5 ਦੀ ਪਤਾ ਜਿਹੜੀ ਆ 12 ਯੂਪੀ 5 ਰਸਾਲੀ ਆ ਕਿਹੜਾ ਜੀ ਸਾਹਿਬ ਇੱਧਰ ਕੀ ਸੋਰਾ ਗਰਾਊਂਡ ਨੰਬਰ 4 ਦੇ ਵੀਰੇ ਚੈਨ ਵਾਲਾ ਹਰਗੀ ਵੀਰੇ ਸੰਦੀਪ ਗਿੱਲ ਕੈਨੇਡਾ ਰਾਜਸੋਰ ਦੀ ਟੀਮ ਦੇ ਜਿਹੜੇ ਸਕੋਰ ਆ ਉਹ 15 ਨੇ ਗਿਰ ਗਏ 15 ਤੇ 10 ਦੀ ਤੱਕ ਜਿਹੜੀ ਗਰਾਊਂਡ ਦੇ ਵਿੱਚ ਹੈ ਮੈਂ ਕੋਈ ਵੀ ਬੰਦਾ ਨੇ ਮਾਰੇ ਕਹਿੰਦੇ 10 ਆਵਰੇ ਵੀ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਪ੍ਰਸਾਰ ਔਰ ਜੋੜੀਆਂ ਹੁਣ ਬਣੀਆਂ ਆਹੋ ਅਜੂਬਾ ਪਹਿਲਾਂ ਇਹ ਸਭੀ ਖੇਡੀ ਦੇ ਪਿਆਰੇ ਵੀਰ ਆ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜਿਹਨੇ ਸਿਫਤੀ ਯਾਰ ਆਪਣਾ ਕੈਨੇਡਾ ਵਾਲਾ ਹੋ ਗਿਆ ਬਿਲਕੁਲ ਭਾਈ ਜੀ ਮੋਟਾ ਹੋ ਗਿਆ ਜਾ ਕੇ ਕਿੰਦਰੀ ਹੋ ਭਰਾ ਸਾਰੇ ਵੀਰਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਵੀ ਬੜੇ ਸਾਡੇ ਇੱਕ ਭਰਾ ਸਾਡੇ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿ ਕੇ ਵੀ ਇੰਨਾ ਪਿਆਰ ਇੰਨੀ ਮੁਹੱਬਤ ਪੰਜਾਬ ਨੂੰ ਕਰਦੇ ਆ ਪੰਜਾਬੀਅਤ ਨੂੰ ਕਰਦੇ ਆ ਪੰਜਾਬੀ ਖੇਡਾਂ ਨੂੰ ਕਰਦੇ ਆ ਔਰ ਦਬਾਵਾਂ ਦੇ ਸਾਰੇ ਵੀਰਾਂ ਦੇ ਲਈ ਔਰ ਗਰਾਊਂਡਾਂ ਦੇ ਵਿੱਚ ਮੈਚ ਹੋਟੀ ਦੇ ਔਰ ਖੇਡੇ ਜਾ ਰਹੇ ਆ ਖੇਡਦੇ ਗਰਾਊਂਡ ਦੇ ਅੰਦਰ ਪਰ ਸਭ ਰਹੇ ਵਾਹਵੇ ਮਾਇਆ ਨਾ ਮੁੰਡੇ ਨੇ ਬਾਲ ਜਿਹੜੀ ਆਊਟ ਮਾਰ ਦਿੱਤੀ ਆ ਆਹ ਖੇਡਦੇ ਗਰਾਊਂਡ ਦੇ ਅੰਦਰ ਗੱਲਾਂ ਬਾਤਾਂ ਚੁਟਾਣੀ ਲੱਗੀਆਂ ਹੋਈਆਂ ਖੇਡਦੇ ਗਰਾਊਂਡ ਦੇ ਵਿੱਚ ਵੀ ਪਤਾ ਨਹੀਂ ਉਹ ਕੁੱਤਿਆਂ ਦੀ ਰੋਟੀ ਵੀ ਬਹੁਤ ਤਕੜਾ ਖੇਡਿਆ ਭਈਆ
ਨਵਾਬ ਨੇ ਵੀ ਐਨ ਗੱਲਾਂ ਬਾਤਾਂ ਟਿਕਾਣੇ ਲਾਈਆਂ ਖੇਡ ਦੇ ਗਰਾਊਂਡਾਂ ਦੇ ਵਿੱਚ। ਜਾਗੀ ਦੇ ਫਰਿੰਦਰ ਦਾ ਵੱਡਾ ਨਾਮ ਹੈ ਪਿਆਰੇ ਵੀਰ, ਸਾਡੀ ਜ਼ਿੰਦਗੀ ਦੇ ਰਗਲੇ ਸੱਜਣਾ ਔਰ ਤਲਵੰਡੀ ਵਾਲੇ ਸੁਨੱਖੇ ਮੁੰਡੇ ਨੂੰ ਪੜਾਕਾ ਨਹੀਂ ਜਾਣਨਾ। ਇਹ ਗੱਲਾਂ ਬਾਤਾਂ ਭਰਾ ਦੀਆਂ ਸੱਤ ਸਮੁੰਦਰ ਪਾਰ ਹੁੰਦੇ ਆ ਉਹਨਾਂ ਗਰਾਊਂਡਾਂ ਦੇ ਵਿੱਚ। ਆਓ ਠੀਕ ਸਾਹਮਣੇ ਮੈਂ ਜਿਹੜਾ ਚੋਟੀ ਨਾ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਤਲਵੀਰ ਅਮਲੋਰ ਕਨੇਡਾ ਵੱਲੋਂ ਸਾਡੇ ਭਰਾ ਦਿਲਸ਼ਾਦ ਤਲਵੰਡੀ ਦਾ ਔਰ ਚਾਗੀ ਦੇ ਫਰਿੰਦਰ ਦਾ ਸਨਮਾਨ ਜਿਹੜਾ ਆਈਫੋਨ 30 ਪ੍ਰੋ ਮੈਕਸ ਦੇ ਨਾਲ ਕੀਤਾ ਜਾਵੇਗਾ। ਆਓ ਗੱਲਾਂ ਲੱਗ ਰਹੀਆਂ ਟਿਕਾਣੇ ਦੇ ਵੀਡੀਓ ਤੇ ਬਾਕੀ ਹੈ ਬਾਬੇ ਨੇ ਸੁਣੀ ਜ਼ਰੂਰ ਹੈ ਉਸ ਦਾ ਕੱਲ ਹਨੇਰ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਖੜਨਾ ਤੁਹਾਡਾ ਮੈਂ ਜਿੰਦਰੀ ਨਾਲ ਹਾਂ। ਠੀਕ ਹੈ ਜੀ ਸੇਨਾ ਵਾਰੋ ਲੱਡੂ ਡਿਫੈਂਸਰ ਵੀਰੇ ਲੱਡੂ ਖਲਾਲਾ ਬੜਾ ਸੋਹਣਾ ਮੈਚ ਲੱਗੇਗਾ ਵੀ
ਆਪਾਂ ਵੀ ਇਹ ਪਾਣੀ ਦੇ ਸਰਕਾਰ ਨੂੰ ਆਇਆ ਕਰ ਕੇ ਆ ਪੈਸਾ ਪਾਣੀ ਦੇ ਬੜਾ ਧੰਨਵਾਦ ਹੈ ਜੀ ਸ਼ਰਮਾ ਜੀ ਦਾ ਤੁਹਾਡੀ ਮੌਜੂਦਾ ਤੇ ਆ ਸਾਡਾ ਮੈਂ ਤੇ ਸਮਾਪਤ ਹੈ ਜਿਹੜੀ ਕਿ ਟੀਮ ਯੂਪੀ ਸਾਸਤਰੀ ਦੀ ਬੜਾ ਧੰਨਵਾਦ ਹੈ ਬੜਾ ਮੈਂ ਜਿਹੜੇ ਸੈਮੀ ਦੀਆਂ ਤੇ ਮੈਂ ਰੈਸਰ ਜਿੱਤੇ ਨਾ ਵੀਰੇ ਪਹਿਲਾ ਸੈਮੀ ਛਿੜਕਣਾ ਪਾਣੀ ਪੂਣੀ ਆਹੋ।